ਧਿਆਨ ਜਿਹੜਾ ਧਰਨਾ ਦਿੱਤਾ ਵਾ, ਇਹ ਕੀ ਮਸਲਾ ਵਾ? ਬੀਜੇਪੀ ਨੇ ਇੱਥੇ ਕੱਟ ਕੀਤਾ ਸੀ ਸਕੂਲ 'ਚ ਅੱਡੋ ਕੋਠੀ, ਇਹਦੇ ਬਾਰੇ ਕੱਟ ਕੀਤਾ ਸੀ ਵੀ ਅਸੀਂ ਵਿਰੋਧ ਕਰਨਾ, ਇਹਨਾਂ ਦਾ ਵਿਰੋਧ ਕੀਤਾ ਸੀ। ਉਹਨਾਂ ਜਿਹੜੀ ਤੁਸੀਂ ਸਵਾਲ ਪੁੱਛੀ ਉਹਨਾਂ ਜਵਾਬ ਦਿੱਤਾ ਕੋਈ ਕਿ ਨਹੀਂ? ਨਹੀਂ ਜੀ, ਉਹਨਾਂ ਜਵਾਬ ਨਹੀਂ ਕੋਈ ਦਿੱਤਾ, ਉਹ ਭੱਜ ਗਏ ਉਹਨਾਂ ਤੇ ਗੱਡੀ ਡੱਕੀ ਲੱਗ ਗਈ। ਬਾਬਾ ਜਿਹੜਾ ਧਰਨਾ ਲੱਗਾ, ਕੀ ਮਸਲਾ ਜੀ? ਇਹ ਮਸਲਾ ਜੀ, ਮੇਰਾ ਪਿੰਡ ਰਾਜੋ ਕੇ ਕਿਸਾਨ ਸੰਘਰਸ਼ ਕਮੇਟੀ, ਇਹਨਾਂ ਇੱਕ ਬੁੱਢਾ ਕੋਟ ਦੀ ਅਗਵਾਈ 'ਚ ਅਸੀਂ ਚੱਲਦੇ ਹਾਂ, ਕਿਉਂਕਿ ਮੋਦੀ ਜਿਹੜਾ ਉਹ ਛੁੱਕ ਕੇ ਚੱਟ ਗਿਆ ਹੈ ਸਾਡੇ ਨਾਲ। ਅਸੀਂ 13 ਮਹੀਨੇ 15 ਦਿਨ ਦਿੱਲੀ ਦੇ ਬਾਰਡਰ 'ਤੇ ਰਹੇ ਹਾਂ, ਸਿੰਘੂ ਬਾਰਡਰ 'ਤੇ। ਗੁਰੂ ਨਾਨਕ ਦੇ ਜਨਮ ਦਿਹਾੜੇ 'ਤੇ ਇਹਨੇ ਐਲਾਨ ਕੀਤਾ ਵੀ ਮੈਂ ਜਿਹੜੇ ਤੁਹਾਡੇ 3 ਕਾਨੂੰਨ ਨੇ ਜਿਹੜੇ ਆ ਤੁਹਾਡੇ ਹੱਕ 'ਚ ਕਰ ਦਿੰਦਾ ਹਾਂ, ਅਤੇ ਬਿਜਲੀ ਸੋਧ ਬਿੱਲ ਦਾ ਰਾਖਵਾਂ ਰੱਖ ਲਿਆ ਸੀ ਇਸ ਬੰਦੇ ਨੇ, ਪਰ ਇਹਨੇ ਕੀ ਕੀਤਾ ਹੈ ਥੋੜ੍ਹੇ ਜਿਹੇ ਚਿਰ ਬਾਅਦ ਸੁੱਕ ਕੇ ਚੱਟ ਗਿਆ ਹੈ। ਅਤੇ ਸਾਨੂੰ ਉਸ ਵਿਰੋਧ ਦੇ ਵਿੱਚ ਅਸੀਂ ਅੱਗੇ ਵੀ ਇਹਦਾ ਵਿਰੋਧ ਕਰਾਂਗੇ। ਸ਼ਹੀਦਾਂ ਦੀ ਧਰਤੀ ਦੇ ਵਾਰਸ ਆ ਅਸੀਂ ਮਾਝੇ ਦੇ ਲੋਕ, ਪਰ ਅਸੀਂ ਇਹਨਾਂ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਹਾਂ ਵੀ ਵੀਰੋ, ਅਸੀਂ ਉਹਨੂੰ ਸਵਾਲ ਕੀਤੇ ਸੀ, ਸਾਡੇ ਸਵਾਲ ਸਾਨੂੰ ਸਵਾਲ ਜਵਾਬ ਦੇ ਜਾਂਦਾ, ਅਤੇ ਸਾਡਾ ਕੋਈ ਉਹਦੇ ਨਾਲ ਵਿਰੋਧ ਤਾਂ ਨਹੀਂ। ਜਦੋਂ ਗਿਆ ਗੁੱਸੇ ਦੇ ਨਾਲ ਫਿਰ ਬੰਦੇ ਵਿਭਾਵੁਕ ਵੀ ਹੋ ਜਾਂਦੇ ਆ। ਅਸੀਂ ਅੱਜ ਵੀ ਇਹਨੂੰ ਆਉਂਦੇ, ਸਾਡੇ ਜਿਹੜੇ ਡੱਲੇਵਾਲ ਸਾਹਿਬ ਨੇ ਜਾਂ ਸਰਮਨ ਸਿੰਘ ਭਜੇਰ ਨੇ ਦਿੱਲੀ ਦੇ ਬਾਰਡਰ 'ਤੇ ਚੰਡੀਗੜ੍ਹ ਬੈਠਿਆਂ 9 ਸਵਾਲ ਰੱਖੇ, ਉਹਨਾਂ ਦਾ ਇੱਕ ਹੀ ਸਾਨੂੰ ਜਵਾਬ ਦੇ ਜਾਂਦਾ, ਅਤੇ ਸਾਨੂੰ ਕੋਈ ਹਿਰਖ ਨਹੀਂ ਸੀ। ਅਸੀਂ ਇਹਦੀ ਵਿਰੋਧਤਾ ਵੀ ਕਰਦੇ ਰਹਾਂਗੇ, ਜਿਹੜੇ ਸਾਡੇ ਪਿੰਡਾਂ 'ਚ ਅਸੀਂ ਇਹਨਾਂ ਦੇ ਬੂਸ ਵੀ ਲੱਗਣੋਂ ਡੱਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ, ਜਿਹੜਾ ਧਰਨਾ ਦਿੱਤਾ ਗਿਆ ਵਾ, ਕੀ ਮਸਲਾ ਵਾ ਧਰਨਾ ਦਿੱਤਾ ਗਿਆ ਜੀ? ਅੱਜ ਜੀ, ਅੱਜ ਬੀਜੇਪੀ ਦਾ ਕੈਂਡੀਡੇਟ ਆ ਸਰਦਾਰ ਮਨਜੀਤ ਸਿੰਘ ਜਿਹੜਾ ਮੰਨਾ ਹੈ, ਉਹ ਇੱਥੇ ਅੱਗੋਂ ਕੋਠੀ ਇਹਨੇ ਇਕੱਠ ਕੀਤਾ ਸੀ, ਅਤੇ ਅਸੀਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਸਰਦਾਰ ਇੰਦਰਜੀਤ ਸਿੰਘ ਕੋਟ ਭੰਡਾਰ ਵੱਲੋਂ, ਦਾਸ ਸਰਦਾਰ ਆਤਮਾ ਸਿੰਘ ਜੀ ਪਿੰਡ ਰਾਜੋ ਕੇ ਪੱਤੀ ਪਲੋ ਜਰਨਲ ਸਕੱਤਰ ਬਲਾਕ ਬਲਟੋਆ ਦਾ, ਇਹ ਜੀ ਉਹਦਾ ਵਿਰੋਧ ਕੀਤਾ ਗਿਆ, ਡਟ ਕੇ ਵਿਰੋਧ ਕੀਤਾ ਹੈ। ਅਸੀਂ ਉਹਨੂੰ ਕਿਹਾ ਸਾਡੇ ਸਵਾਲਾਂ ਦਾ ਜਵਾਬ ਦੇ ਦਿਓ, ਇੱਕ ਵੀ ਸਵਾਲਾਂ ਦਾ ਜਵਾਬ ਨਹੀਂ ਦੇ ਕੇ ਗਏ, ਅਤੇ ਡਰਦੇ ਇੱਥੋਂ ਭੱਜ ਗਏ ਆ। ਅਸੀਂ ਉਹਨਾਂ ਤੋਂ ਸਿਰਫ ਜਵਾਬ ਮੰਗੇ ਆ ਕਿ ਸਾਡੇ ਜਿਹੜਾ ਸੁਭਜੀਤ ਸਿੰਘ ਕਰਮਜੀਤ ਸਿੰਘ ਸੁਭਾ ਆਪਣੇ ਉਹ ਮੁੰਡਾ ਮਾਰਿਆ ਗਿਆ ਖਨੌਰੀ, ਗੋਲੀਆਂ ਮਾਰ ਕੇ ਮਾਰ ਤੋਂ ਦਾ ਕੀ ਕਸੂਰ ਸੀ? 13 ਮਹੀਨੇ ਦਿੱਲੀ ਦੇ ਵਿੱਚ ਬਹਿ ਕੇ ਧੜਦੋ, ਅਤੇ ਉਹ ਮੰਗਾਂ ਮਨਾਈਆਂ ਸੀ, MSP ਦਾ ਮੁੱਦਾ ਸੀ, ਉਹ ਤਾਂ ਤੁਸੀਂ ਭੱਜੇ ਜੋ ਉਹਦੇ ਰੋਸ ਦੇ ਵਿੱਚ। ਕਿਸਾਨ ਦਿੱਲੀ ਜਾ ਰਹੇ ਸੀ ਅਤੇ ਖਨੌਰੀ ਬਾਰਡਰ 'ਤੇ ਸਿੰਘੂ ਬਾਰਡਰ 'ਤੇ ਬੈਰੀਕੇਡ ਲਾ ਕੇ ਇਹਨਾਂ ਨੇ ਤਾਰਾਂ ਵਿਛਾ ਕੇ ਅਤੇ ਰਾੜ ਪਾ ਕੇ ਬੱਜਰੀ ਕੰਕਰੀਟ ਪਾ ਕੇ ਅਤੇ ਰਾਹ ਬੰਦ ਕਰਦੇ ਆ, ਅਤੇ ਸਾਨੂੰ ਕਿਉਂ ਨਹੀਂ ਦਿੱਲੀ ਜਾਣ ਦਿੱਤਾ? ਜੇ ਸਾਨੂੰ ਨਹੀਂ ਦਿੱਲੀ ਜਾਣ ਦੇਣਾ, ਅਸੀਂ ਵੀ ਪੰਜਾਬ ਦੇ ਵਿੱਚ ਉਹਨੂੰ ਵੋਟ ਨਹੀਂ ਪੈਣ ਦੇਣੀ, ਇਹ ਜਿੱਥੇ ਮਰਜ਼ੀ ਜ਼ੋਰ ਲਾ ਦੇਣਾ, BJP ਨੂੰ ਵੋਟ ਨਹੀਂ ਅਸੀਂ ਪੈਣ ਦੇਣੀ, ਹੋਰ ਅਸੀਂ ਕਿਸੇ ਗੱਲ ਵੱਖਰੀ ਆ ਜੀ। ਇਸੇ ਸੰਬੰਧ ਦੇ ਵਿੱਚ ਅਸੀਂ ਇਕੱਠ ਕੀਤਾ ਜੀ।